अस्सलाम वालेकुम दोस्तों, भोला जी पिजन क्लब अपने यूट्यूब चैनल पर वेलकम बैक करती हैं। उम्मीद है कि सब दोस्त भाई फिट फाट होंगे, खैर खैरियत से होंगे। आज हम आए हैं पंबे झुग्गी हैं जुवेद भाई के पास। ये आपको उनके कबूतरों का व्यू दिखा रहे हैं, माशाल्लाह आप व्यू देखें। आपको फिर बाद में जुवेद भाई से भी कुछ गुफ्तगू करते हैं कबूतरबाजी के हवाले में। ये आपको भी इनका व्यू दिखा रहे हैं, ये माशाल्लाह इनके कबूतरों का व्यू देखें, माशाल्लाह अच्छे कबूतर हैं ये देखें, माशाल्लाह आप देख सकते हैं, चेक करें आप माशाल्लाह। तो करके दोबारा ये देखें माशाल्लाह, ये छोटी सी टॉप है और बाजी में आकर हैं भाई, यहीं से शौक़ वगैरह करते हैं और सारी गेमें शेमें खेलते हैं, असू वसाख जेठ। तो माशाल्लाह उस्तादी शगीदी वाली छत है, माशाल्लाह टॉप की छत है, मुझे तो बड़ी पसंद है। ये पंबे झुग्गी हैं जहाँ पर हम आए हैं, यहाँ पास ही उस्ताद मत मारे हैं और बड़े बड़े जो बाजी मैकर है इसी इलाके के अंदर हैं। ये हमारे भाई हैं जुवेद भाई, इनके पास आए हैं माशाल्लाह, आपको व्यू दिखा रहे हैं सारा। और जितने बाजी मैकर बड़े उस्ताद हैं इसी इलाके में बैठे हैं पंबे झुग्गी के अंदर माशाल्लाह। तो आज गुफ्तगू हुई इसी भाई ने दावत दी थी कि आपने आज मेरी तरफ चक्कर लगाना है, आप भाई से भी कुछ बातचीत करते हैं माशाल्लाह। अस्सलाम वालेकुम जुवेद भाई, की हाल है? ठीक ठाक हो, फिट फाट हो? अज माशाल्लाह तुहाडे ला ही गए हैं, मैं कहा चलो भरा नूं अज मिल के आईए। अज खान साहब ने भी कहा कि जाना ही जाना, हर हाल दे विच जाना, तो मैं उन्होंने कह रहा सी नहीं तवार दा करने, कहिंदा नहीं जी अज ही जाना, जिद दे नाल ही लैके आया। मैं कहा चलो जी चलने, अब्बा जी दी मोहब्बत ही साडा। हाँ जी हाँ जी, बिल्कुल ही बच्चा माशाल्लाह प्यार करदा, सानूं टाइम दिंदा, पूरा पूरा जत्थे करने नाल नाल जांदा, इह वी इहदी मोहब्बत है, चाहत ही होंदी है भाजी। इंज कौन किसी दे लई इन्ना करदा। ਉਹ ਸਾਜੀ ਤੁਸੀਂ ਸੁਣਾਓ, ਠੀਕ ਠਾਕ ਹੋ? ਸ਼ੁਕਰ ਅਲਹਮਦੁਲਿਲਾਹ। ਅੱਛਾ, ਸਭ ਤੋਂ ਪਹਿਲੇ ਪੰਜ ਮਨ ਨੂੰ ਇਹ ਦੱਸੋ ਤੁਸੀਂ ਉਸਤਾਦ ਕਿਹੜੇ ਦੇ ਸ਼ਰਗੀਦ ਹੋ? ਮੈਂ ਜੀ ਉਸਤਾਦ ਮਲਕ ਸ਼ਹਜ਼ਾਦ ਦਾ ਸ਼ਗਿਰਦ ਹੈਗਾ। ਮਾਸ਼ਾਅੱਲਾ, ਉਹ ਕਿਉਂ ਬਾਟ ਸਾਹਿਬ ਦੇ ਪੋਤਰਾ ਸ਼ਗਿਰਦ ਹੈ? ਠੀਕ ਹੋ, ਉਹਨਾਂ ਦੇ ਉਸਤਾਦ ਦਾ ਨਾਮ ਉਸਤਾਦ ਖਿਦਮਤ ਹੈ ਤੇ ਉਹ ਉਸਤਾਦ ਫਿਊ ਦੇ ਸ਼ਗਿਰਦ ਹੈਗਾ। ਠੀਕ ਹੋ ਗਿਆ ਜੀ, ਮਾਸ਼ਾਅੱਲਾ ਠੀਕ ਹੋ ਗਿਆ, ਫਿਊ ਪਾਲਟੀ ਜੀ। ਤੇ ਮਾਸ਼ਾਅੱਲਾ ਜਵੇਦ ਭਾਈ, ਤੁਹਾਡੇ ਜੋੜਿਆਂ ਸ਼ੋਰਿਆਂ ਦੇ ਬਾਰੇ ਵਿੱਚ ਬੜੀ ਮਸ਼ਹੂਰੀ ਸੁਣੀ ਹੈ ਤੇ ਮਾਸ਼ਾਅੱਲਾ ਆਏ ਆ ਤੁਹਾਡੇ ਕੋਲ ਵੀਡੀਓ ਸ਼ੇਅਰ ਕਰਨ ਲਈ। ਤੁਹਾਨੂੰ ਥੋੜ੍ਹਾ ਜਿਹਾ ਅਸੀਂ ਜੋੜਿਆਂ ਦੇ ਮੁਤਲਕ ਪੁੱਛਾਂਗੇ, ਪਰਕੂਨ ਦਾ ਜ਼ਰੂਰੀ ਹੈ ਜਾਂ ਨਸਲ ਜ਼ਰੂਰੀ ਹੈ, ਤੁਸੀਂ ਮੈਨੂੰ ਸ਼ੇਅਰ ਕਰ ਲਓ ਜੀ। ਪਹਿਲੇ ਤਾਂ ਮੈਂ ਸ਼ਾਇਦ ਪਹਿਲੇ ਵੀ ਕਾਫੀ ਜਗ੍ਹਾ ਤੇ ਮੇਰਾ ਹੋਇਆ ਤੇ ਮੈਂ ਤੇ ਇਹੀ ਕਹਾਂਗਾ ਕਿ ਨਸਲ ਜ਼ਰੂਰੀ ਹੈ। ਅੱਛਾ ਜੀ, ਨਸਲ ਹੀ ਨਹੀਂ ਹੈਗੀ ਤੇ ਪਰਕੂਨ ਦਾ ਕੀ ਕਰਨਾ ਤੁਸੀਂ? ਠੀਕ ਹੋ ਗਿਆ ਮਾਸ਼ਾਅੱਲਾ, ਪਰਕੂਨ ਦਾ ਤੇ ਮੈਂ ਤੁਹਾਨੂੰ ਟੋਲੀਆਂ ਨੇ ਤੇ ਵਹਾ ਦੇਣਾ, ਕਾਫੀ ਸਹੀ ਹੋ ਗਿਆ, ਹੱਡੀ ਜੋੜ ਵੀ ਤੁਹਾਡੇ ਮੁਤਾਬਕ ਹੋਏਗਾ। ਬਿਲਕੁਲ ਅਸੀਂ ਤਰ੍ਹਾਂ ਅਸੀਂ ਤੇ ਤੁਹਾਨੂੰ ਦਹਾਵਾਂ ਉਹਦੀ ਹੱਡੀ ਵੀ ਸਹੀ ਹੋਏਗੀ ਪਰ ਜੋ ਲੇਕਿਨ ਉਹਦੀ ਨਸਲ ਚ ਉੱਠਣਾ ਨਹੀਂ ਹੈਗਾ ਜੋ ਅੰਨਾ ਚ ਹੋਏਗਾ। ਠੀਕ ਹੋ ਗਿਆ, ਠੀਕ ਹੋ, ਨਸਲ ਤੇ ਬਹੁਤ ਜ਼ਰੂਰੀ ਹੈ ਤਾਂ ਨਸਲ ਲਾਜ਼ਮੀ ਹੋਣੀ ਚਾਹੀਦੀ, ਅਸਲ ਹੋਏਗੀ ਉਹ ਆਪਣਾ ਆਪ ਕਾਰਗਰਦਗੀ ਉੱਤੇ ਜਾ ਕੇ ਵਾਏਗਾ ਮਾਸ਼ਾਅੱਲਾ। ਫਿਰ ਉਸ ਤੋਂ ਬਾਅਦ ਤੁਹਾਡੀ ਪਾਰ ਮੇਕਿੰਗ ਆਂਦੀ ਹੈ, ਹੱਡੀ ਜੋੜ ਆਂਦੀ, ਤੁਹਾਨੂੰ ਹਰ ਲਾਦਾ ਕਿਸ ਤਰ੍ਹਾਂ ਕਬੂਤਰ ਚਾਹੀਦਾ ਹੈ, ਗੋਲ ਗੇੜੇ ਦਾ ਚਾਹੀਦਾ ਹੈ, ਲਾਮ ਕਰਨ ਵਾਲਾ ਚਾਹੀਦਾ ਹੈ। ਠੀਕ ਹੈ, ਸ਼ਾਮ ਦੀ ਪਰਵਾਹ ਲੈਣੀ ਹੈ, ਥੋੜੀ ਘਟਾਣੀ ਹੈ ਜਾਂ ਵਧਾਣੀ ਹੈ ਉਹ ਤੁਸੀਂ ਅੱਗੋਂ ਫਿਰ ਜਿਹੜਾ ਜੋੜਾ ਮੈਕਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਉਹਨੂੰ ਵਧਾਣਾ ਤੇ ਮੈਂ ਕੀ ਪਾਣਾ ਤੇ ਕੀ ਨੂੰ ਮੈਂ ਘਟਾਣਾ ਤੇ ਕੀ ਕਰਨਾ। ਅੱਛਾ ਜੀ, ਆ ਬੱਚਾ ਮੇਰਾ ਤੇਜ਼ ਉੱਡ ਰਿਹਾ ਨਾ, ਮੈਂ ਥੋੜਾ ਸਲੋ ਕਰਨਾ ਕੀ ਕਰਨਾ ਤੇ ਜੋੜੇ ਮੇਕਰ ਦਾ ਕੰਮ ਹੁੰਦਾ। ਬਿਲਕੁਲ ਜੀ, ਹੋ ਗਿਆ ਉਡਾਣ ਵਾਲਾ ਜਿਹੜਾ ਸ਼ੋਭਾ ਉਹ ਵੀ ਲੈਦਾ ਕੰਮ ਹੈਗਾ। ਉਹ ਜਾਣ ਕੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਮਝਦਾ ਚੀਜ਼ ਨੂੰ ਜਿਹਨੇ ਜੋੜਾ ਲਾਣਾ ਹੈ ਉਹ ਆਪਣੀ ਸਮਝ ਦੇ ਨਾਲ ਗੋੜ ਗੇੜੇ ਦਾ ਇੱਕ ਕਬੂਤਰ ਬਣਾ ਲੈਂਦਾ ਹੈ, ਲੰਬੇ ਗੇੜੇ ਦਾ ਹੀ ਬਣਵਾ ਲੈਂਦਾ ਹੈ। ਜੋ ਜੋੜਾ ਕ੍ਰਾਸ ਦੇ ਵਿੱਚ ਲੰਘਾ ਦਿੰਦਾ ਮਸਲ ਟੈੜੀ ਮਾਦੀ ਜਾਂ ਕਸੂਰੀਆ ਕਬੂਤਰ ਹੈ ਜਾਂ ਸਿਆਲਕੋਟੀ ਹੈ ਉਹਦੇ ਮੌਕਾ ਥੋੜ੍ਹਾ ਜਿਹਾ ਦਿਓ ਕਿ ਉਹ ਕਿਸ ਤਰ੍ਹਾਂ ਫਿੱਟ ਆਪਣੀ ਜਗ੍ਹਾ ਤੇ ਕਰਾ ਦੇ, ਪਰ ਹੀ ਨਹੀਂ ਰਲਣ ਡਿਆ ਕੀ ਕਰੋ। ਹਾਂਜੀ ਹਾਂਜੀ, ਪਰ ਵੀ ਤਾਂ ਜ਼ਰੂਰੀ ਕਰਨਾ ਤੁਸੀਂ ਨਾਲ, ਵੇਖਣਾ ਉਹ ਥੱਲੋਂ ਬਗਲ ਦੇ ਨਾਲ ਹੋ ਜਾਈ, ਉਹਦੀ ਪਹਿਲੀ ਕਲੀ ਜਿਹੜੀ ਉਹ ਝਾੜਦਾ ਉਹ ਬਗਲ ਦੇ ਥੱਲੇ ਹੋਣੀ ਚਾਹੀਦੀ, ਜੇ ਵਿੱਥ ਨਾ ਹੋਵੇ ਬਿਲਕੁਲ ਉਹ ਬੜਾ ਨੁਕਸਾਨ ਦਿੰਦੀ ਹੈ ਕਬੂਤਰ ਨੂੰ। ਬਾਹਰਲੇ ਤਿੰਨ ਪਾਰ ਜਿਹੜੇ ਨੇ ਉਹ ਇਕੱਠੇ ਹੋਣੇ ਚਾਹੀਦੇ ਨੇ ਇੰਜੀ ਇੱਕ ਦੂਜੇ ਦੇ ਨਾਲ। ਠੀਕ, ਕੋਈ ਦਸਵੀਂ ਛੋਟੀ ਮੰਗਦਾ, ਕੋਈ ਵੱਡੀ ਮੰਗਦਾ, ਉਹ ਹਰ ਬੰਦੇ ਦੀ ਆਪਣੀ ਕਬੂਤਰ ਬਾਜੀ। ਹਾਂਜੀ ਹਾਂਜੀ, ਮੇਰੇ ਮੁਤਲਕ ਮੈਂ ਤੇ ਵੱਡੀ ਮੰਗਣਾ ਕਿਉਂਕਿ ਕਬੂਤਰ ਖੁੱਭ ਕੇ ਉੱਡਦੇ ਉੱਤੇ, ਮਾਸ਼ਾਅੱਲਾ ਜਿਹਦੇ ਤਿੰਨ ਪਾਰ ਲੈਵਲ ਤੇ ਹੋਣਗੇ ਨਾ ਉਹ ਤੇ ਅਖੀਰ ਉੱਡੇਗਾ ਨਾ ਉੱਤੇ ਜਾ। ਕੀ ਬਾਤ, ਠੀਕ ਹੈ, ਤੇ ਜਿਹਦੀ ਛੋਟੀ ਹੋਈ ਜਿਹੜਾ ਉਹ ਆਂਦਾ ਜਾਂਦਾ ਰਹਿੰਦਾ ਤੇ ਆਪਣਾ ਆਪ ਦਿਖਾਏਗਾ ਸਾਹਮਣੇ ਰਹੇਗਾ, ਠੀਕ ਹੋ, ਸਾਹਮਣੇ ਆਪਣਾ ਟਾਪਾ ਤਾਲਾ ਮਾਰੇਗਾ ਉੱਤੇ, ਬੰਦ ਵੀ ਹੋਏਗਾ ਫਿਰ ਥੱਲੇ ਵੀ ਆਏਗਾ ਆਪਣਾ ਆਪ ਦਿਖਾਉਂਦਾ ਰਹਿੰਦਾ ਕਬੂਤਰ। ਕਿਸ ਕਿਸਮ ਦੇ ਨੇ, ਤਿੰਨ ਚਾਰ ਕੁਆਲਿਟੀਆਂ ਦੇ ਵਿੱਚ, ਕੋਈ ਤਲਵਾਰ ਮਾਰਕ ਹੈ, ਕੋਈ ਗੋਲ ਪੱਲਾ ਹੈ, ਕੋਈ ਤਿੱਖਾ, ਇਹਦੇ ਵਿੱਚ ਹਰ ਬੰਦੇ ਨੇ ਆਪਣਾ ਨਾਂ ਰੱਖਿਆ। ਅੱਛਾ ਜੀ, ਤੁਸੀਂ ਤਲਵਾਰ ਲਾਣੀ, ਤਲਵਾਰ ਦੇ ਨਾਲ ਜ਼ਰਾ ਗੋਲ ਲਾ ਲਓ, ਠੀਕ ਹੋ ਗਿਆ।
ਤੁਸੀਂ ਉਹ ਦੂਸਰਾ ਲਾਣਾ ਦਾ ਤਿੱਖਾ ਦਾ ਉਹ ਖੰਜਾ ਟੈਪ ਜਾਂ ਦੋ ਰੁਖੇ ਹੁੰਦੇ ਨੇ ਥੱਲੋਂ ਆ ਰਹੇ ਹੁੰਦੇ ਨੇ ਹਾਂਜੀ ਉਤੋਂ ਬਿਲਕੁਲ ਬਰੀਕ ਉਹਦੇ ਨਾਲ ਵੀ ਤੁਸੀਂ ਮੈਚ ਕਰ ਲਓ ਮਤਲਬ ਕਿ ਪੈ ਪਰ ਮੈਚ ਹੋਣਾ ਚਾਹੀਦਾ ਠੀਕ ਹੋ ਇੱਕ ਓਵਰ ਗਾਣਾ ਲਾਓ ਤੁਸੀਂ ਠੀਕ ਹੋ ਕੋਸ਼ਿਸ਼ ਹੈ ਜੀ ਕਰੋ ਤੇ ਉਹ ਆਪਣੇ ਹਿਸਾਬ ਨਾਲ ਤੁਸੀਂ ਦੇਖ ਲਓ ਜਿਸ ਤਰ੍ਹਾਂ ਹੀ ਤੁਹਾਨੂੰ ਕਬੂਤਰਬਾਜ਼ੀ ਪਸੰਦ ਹੈ ਯਾਨੀ ਕਿ ਕਬੂਤਰ ਹੁਣ ਜਿਸ ਤਰ੍ਹਾਂ ਆ ਗਿਆ ਸਿਆਲਕੋਟੀ ਆ ਗਏ ਟੈਰੀ ਮਾਦੀ ਆ ਗਈ ਹੁਣ ਮਾਸ਼ਾਅੱਲਾ ਸਿਆਲਕੋਟੀ ਕਬੂਤਰ ਕੁਛ ਵੇੜ ਵਾਲੇ ਵੀ ਨੇ ਕੁਛ ਨਾਰਮਲ ਵੀ ਨੇ ਹੁਣ ਜਿਸ ਤਰ੍ਹਾਂ ਵੇੜ ਵਾਲਾ ਹੋਵੇ ਤੇ ਉਹਨੂੰ ਸੈਟਿੰਗ ਦੇ ਵਿੱਚ ਲਿਆਉਣਾ ਫਿਟ ਫਟ ਕਰਕੇ ਤੇ ਉਹ ਕਿਸ ਤਰ੍ਹਾਂ ਉਹਦਾ ਕੀ ਤਰੀਕੇਕਾਰ ਹੈਗਾ ਉਹਦੇ ਨਾਲ ਤੁਸੀਂ ਟੈਰੀ ਮਾਦੀ ਪਾਉਣ ਲੱਗੇ ਹੋ ਤੇ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਵੇਟ ਨਾ ਹੋਵੇ ਪਹਿਲੇ ਦੇ ਕਬੂਤਰ ਦਾ ਵੇਟ ਘਟਾਉਣਾ ਕੰਮ ਹੈਗਾ ਬਿਲਕੁਲ ਮੈਂ ਵੇਟਰ ਕਬੂਤਰ ਜਿਹੜਾ ਨਾ ਉਹ 12 ਇੰਚ 2 ਵਜੇ ਤੱਕ ਉਹ ਡੱਦੇ 'ਚ ਫਿਰ ਉੱਡਦਾ ਤਵਾਨ ਨੂੰ ਉਡਾ ਲਿਆ ਫਿਰ ਉਹ ਜੇਠ ਵਾਲੇ ਕੰਮ 'ਚ ਤੇ ਫਿਰ ਉਹ 9 ਵਜੇ ਹੀ ਪੈਂਦਾ ਹਾਂਜੀ ਐਸੀ ਤਰ੍ਹਾਂ ਵੇਟ ਘਟਾਉਣਾ ਤੇ ਬਹੁਤ ਜ਼ਰੂਰੀ ਵੇਟ ਹੋਣਾ ਨਹੀਂ ਚਾਹੀਦਾ ਕਬੂਤਰ ਇੰਜ ਮੁਲਾਇਮ ਬਿਲਕੁਲ ਠੀਕ ਜਿਹੜਾ ਕਬੂਤਰ ਉੱਡਦਾ ਨਾ ਉਹ ਮੁਲਾਇਮ ਮੈਂ ਤੇ ਆਪਣੇ ਇਹ ਸਿੱਖਿਆ ਉਸਤਾਦ ਕੋਲ ਉਹਨਾਂ ਨੇ ਮੈਂ ਉਡਾ ਕੇ ਤਜਰਬਾ ਕੀਤਾ ਪਹਿਲੇ ਮੈਂ ਉਹਦਾ ਪ੍ਰੈਕਟੀਕਲ ਕੀਤਾ ਜਿਸ ਬੰਦੇ ਨੇ ਪ੍ਰੈਕਟੀਕਲ ਹੀ ਨਹੀਂ ਕਰਨਾ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਜੀ ਕਬੂਤਰ ਕੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਘਰ ਰੱਖੇ ਜਾਂਦੇ ਨੇ ਫਿਰ ਉਹਨਾਂ ਨਾਲ ਜਿੱਦੋ ਜਹਾਦ ਕੀਤੀ ਜਾਂਦੀ ਹੈ ਜੋੜੇ ਰੱਦਲ ਬਦਲ ਕੀਤੇ ਜਾਂਦੇ ਨੇ ਉਹਨਾਂ ਦਾ ਰਿਜ਼ਲਟ ਲਿੱਤਾ ਜਾਂਦਾ ਵਕਤ ਲੱਗਦਾ ਕਾਫੀ ਕਰਸਾ ਲੱਗਦਾ ਮਿਹਨਤ ਕਰਨੀ ਪੈਂਦੀ ਉਹਦੇ ਬਾਵਜੂਦ ਕੁਛ ਹਾਸਲ ਹੁੰਦਾ ਫਿਰ ਸਮਝ ਆਉਂਦੀ ਕਿ ਯਾਰ ਇਸ ਤਰ੍ਹਾਂ ਤੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਉਸ ਤਰ੍ਹਾਂ ਨਹੀਂ ਆਉਂਦੀ ਹੁਣ ਅਸੀਂ ਕਾਲੀ ਸਾਹਿਬ ਦੇ ਕਬੂਤਰ ਉਡਾਏ ਸਨ ਉੱਥੇ ਸਦਰ ਹਾਂਜੀ ਹਾਂਜੀ ਮਾਸ਼ਾਅੱਲਾ ਅਸੀਂ ਪਹਿਲੇ ਜਦੋਂ ਉਡਾਏ ਨੇ ਪਹਿਲੇ ਦਿਨ ਤੇ ਉਹ 46 ਦੇ ਕਬੂਤਰ ਬੈਠੇ ਬਿਲਕੁਲ ਹਾਂਜੀ ਗਰਮੀ ਖੀਰ ਦੀ ਸੀ ਉਸ ਦਿਨ 3 ਵਜੇ ਤੋਂ ਬਾਅਦ ਮੌਸਮ ਠੰਡਾ ਹੋਇਆ ਪਹਿਲੇ ਜੇਠ ਦੇ ਜਿਹੜੀ ਗਰਮੀ ਸੀ ਮੌਸਮ 3 ਵਜੇ ਦਾ ਹਵਾ ਚੱਲੀ ਠੰਡੀ ਸਾਨੂੰ ਨਾ ਅਸੀਂ ਕਬੂਤਰਾਂ ਨੂੰ ਛੇੜਦੇ ਸਾਨੂੰ ਡਰ ਸੀ ਯਾਰ ਇਹਨਾਂ ਨੂੰ ਛੇੜ ਜਾਣਾ ਤੇ ਲੱਗ ਜਾਣਗੇ ਰਾਤ ਰਹਿ ਜਾਣਗੇ ਅਸੀਂ ਠੰਡੇ ਮੌਸਮ 'ਚ ਉਹਨਾਂ ਨੂੰ ਖੜਾਉਂਦੇ ਆਏ ਠੀਕ ਹੋ ਗਿਆ ਜਿਵੇਂ ਜਿਵੇਂ ਗਰਮੀ ਪਈ ਅੱਗੋ ਹਾਂਜੀ ਹਾਲਾਂਕਿ ਜਿਸ ਦਿਨ ਕਬੂਤਰ ਲੋਕਾਂ ਦੇ ਸਾਥ ਸਾਥ ਨਹੀਂ ਆਏ ਸਾਡੇ 2 ਨਹੀਂ ਸੀ ਆਏ ਉਹਦੇ ਕਿ ਬਾਕੀ ਬੈਠ ਗਏ ਸੀ ਅਸੀਂ ਤਾਂ 3 ਬਾਜ਼ੀਆਂ ਰਹੇ ਹੋਏ ਸਾਂ ਥੱਲੋਂ ਸਾਡੇ ਕੋਲ ਤਾਂ ਉਹਨਾਂ ਨੇ ਇੱਕੋ ਜਿੱਤਣੀ ਸੀ ਮੁਖਾਲਫਾਂ ਨੇ ਉਹ ਮੇਰਾ ਹਨਾ ਜੇਦੀ ਨਾ ਆਏਗਾ ਮੇਰਾ ਹਨਾ ਹਾਂਜੀ ਜੀ ਤੁਹਾਡੇ ਕੋਲ ਹੀ ਉੱਥੇ ਹਨਾ ਜੇਦੀ ਮਾਸ਼ਾਅੱਲਾ YouTube ਤੋਂ ਨੇ ਸਾਡੇ ਬੜੇ ਚਾੜੇ ਸਨ ਉਹਨਾਂ ਨੇ ਕਹੀ ਤੇ ਜਿੱਤ ਗਏ ਠੀਕ ਹੋ ਗਿਆ ਜਿਵੇਂ ਜਿਵੇਂ ਗਰਮੀ ਪਈ ਨਾ ਹਾਂਜੀ ਹਾਂਜੀ ਸਾਨੂੰ ਉਹਨਾਂ ਨੂੰ ਮਜ਼ਾ ਆਇਆ ਕਬੂਤਰ ਉਡਾ ਮਾਸ਼ਾਅੱਲਾ ਜੀ ਦੇਖੋ ਸਾਨੂੰ ਪਤਾ ਲੱਗਿਆ ਜੀ ਕਬੂਤਰ ਦੀ ਪ੍ਰਵਾਜ਼ ਜਿਹੜੀ ਨਾ ਹੁਣ ਬਣੇਗੀ ਠੀਕ ਸਾਨੂੰ ਡਰ ਖਤਮ ਹੋ ਗਿਆ ਕਿ ਹੁਣ ਰਾਤ ਨਹੀਂ ਜਾਏਗਾ ਹਾਂਜੀ ਹਾਂਜੀ ਤੇ ਦੇਖੋ ਜਿਸ ਦਿਨ ਫਿਰ ਗਰਮੀ ਪਈ ਹੈ ਫਿਰ ਉਹਨਾਂ ਕਬੂਤਰਾਂ ਦਾ ਪਤਾ ਲੱਗਿਆ ਹਾਂਜੀ ਮਾਸ਼ਾਅੱਲਾ ਉਹ ਦਿਨ 11 ਵਜੇ ਉਹਨਾਂ ਦੇ ਲੈ ਗਏ ਨੇ ਉਹਨਾਂ ਦੀ ਆਪਣਾ ਖੇਲ ਪਾਣੀ ਅੱਲਾ ਤਾਲਾ ਉਹਨਾਂ ਨੂੰ ਜੀ ਹੋਰ ਤਰੀਕੇ ਦੇ ਵੇ ਸੀ ਉਹਨਾਂ ਦੇ ਕੋਈ ਦੋਖੀ ਤੇ ਨਹੀਂ ਜ਼ਾਹਰ ਹਰੀਫ ਹੈ ਸਾਡਾ ਬਿਲਕੁਲ ਦੁਸ਼ਮਣ ਥੋੜਾ ਸਾਡਾ ਕੋਈ ਬਾਜ਼ੀਆਂ ਤਾਂ ਕਰੀਏ ਬਸ ਸੀ ਤੇ ਉਹ ਸਾਡੇ ਫਿਰ ਕਬੂਤਰ ਅੱਛੇ ਉੜੇ ਨੇ ਕਬੂਤਰਾਂ ਨੇ ਆਪਣਾ ਵਾਇਆ ਅਸੀਂ ਹਰ ਸਾਲ ਉੱਥੇ ਖੇਡਦੇ ਆ ਸਾਨੂੰ ਪਤਾ ਨਹੀਂ ਠੀਕ ਹੋ ਅਸੀਂ ਮਜ਼ੀਦ ਹੋਰ ਅੱਛਾ ਸਿੱਖਣੇ ਪਿਆ ਆਸਤਾ ਤੇ ਬੰਦਾ ਸਿੱਖਦਾ ਹੀ ਨਾ ਆਸਤਾ ਆਸਤਾ ਫਿਰ ਅੱਛਾ ਸਿੱਖਦੇ ਜਾ ਰਹੇ ਆ ਇਨਸ਼ਾਅੱਲਾ ਅਗਲੇ 2024 ਚ ਹੋਰ ਅੱਛਾ ਖੇਡਾਂ ਇਨਸ਼ਾਅੱਲਾ ਇਸ ਛਾਤੇ ਹੁਣ ਜਿੱਥੇ ਮੈਂ ਆਇਆ ਭਾਵੇਂ ਤੁਹਾਡੇ ਕੋਲ ਹੈ ਤੁਹਾਡੀ ਆਪਣੀ ਮਾਸ਼ਾਅੱਲਾ ਛਾਤੇ ਜ਼ਾਤੀ ਅਗਰ ਕੋਈ ਰਿਕਾਰਡ ਚੈਂਪੀਅਨ ਕੋਈ ਤੁਹਾਡਾ ਫੇਮਸ ਕਬੂਤਰ ਜਾਂ ਕੋਈ ਫੇਮਸ ਐਸੀ ਗੱਲ ਹੋਵੇ ਜਿਹੜੀ ਯਾਦਗਿਰੀ ਗੱਲ ਹੋਵੇ ਉਹ ਉਸਤਾਦ ਜੀ ਮੇਰੇ ਕੋਲ ਇੱਕ ਕਬੂਤਰ ਹੈਗਾ ਛਪੜਾ ਹਾਂਜੀ ਹਾਂਜੀ ਉਂਝ ਤੇ ਆ ਵਿਸਾਖ 'ਚ ਮੈਂ 7:05 ਵਜੇ 7:05 ਮਿੰਟ ਦੇ ਮਾਦੀ ਬਿਠਾਈ ਹੈ ਅੱਛਾ ਇੱਕ 6:53 ਦੇ ਕਬੂਤਰ ਬੈਠਾ ਮੇਰਾ ਮਾਸ਼ਾਅੱਲਾ ਇੱਕ 3:05 ਦੇ ਬੈਠਾ ਇੱਕ ਲੱਪ ਰਿਹਾ ਬੱਚਾ 3-3 ਕਲੀ ਦਾ ਬੱਚਾ ਸੀ ਲੱਪ ਰਿਹਾ ਸੀ ਬਾਹਰੋਂ 4-4 ਪਾਰ ਉਹਦੇ ਮੈਂ ਵੱਡੇ ਹੋਏ 5-20 ਤੱਕ ਤੇ ਦੁਮੀ ਉਹਦੀ ਮੈਂ ਗੋਲ ਕੀਤੀ ਬਿਲਕੁਲ ਠੀਕ ਹੋ ਗਿਆ ਉਹ ਬੱਚਾ 1:46 ਦੇ ਬੈਠਾ ਮਾਸ਼ਾਅੱਲਾ ਉਹ ਬਾਬਾ ਛਪੜਾ ਜਿਹੜਾ ਉਹ 12 ਵਜੇ ਕੇ ਤੇ 11 ਵਜੇ ਕੇ 58 ਤੇ ਬੈਠਾ ਵਿਸਾਖ ਠੀਕ ਹੋ ਤੂਫਾਨ ਸੀ ਜਿਸ ਦਿਨ 48 ਨੰਬਰ ਤੇ 48:53 ਦੇ ਬੈਠਾ ਉਹ ਤੇ ਕਬੂਤਰ ਮਾਸ਼ਾਅੱਲਾ ਮੇਰੇ ਇੱਥੇ ਵੀ ਅੱਛੇ ਉੱਡਦੇ ਨੇ ਮੈਂ ਪਰ ਹਲਕਾ ਟਾਈਮ ਨਹੀਂ ਦੇ ਸਕਦਾ ਸਿੱਧੀ ਗੱਲ ਹੈ ਜੀ ਬਾਹਰ ਸ਼ੌਕ ਹੈ ਤੇ ਜਗ੍ਹਾ ਲੈਦਾ ਹੁੰਦੀ ਹੈ ਐਸੀ ਤਰ੍ਹਾਂ ਤੇ ਇੱਥੇ ਬਸ ਹੈ ਕੋ ਜੋੜਿਆ ਉੱਥੇ ਕਾਲੀ ਸਾਹਿਬ ਦਾ ਸ਼ੌਕ ਕਰੀਦਾ ਹੋਰ 2-4 ਦੋਸਤ ਨੇ ਸ਼ੇਕ ਪੂਰੇ ਉੱਥੇ ਬੱਚੇ ਬੁੱਚੇ ਦੇ ਤੇ ਹੋਰ ਵੀ ਦੋਸਤ ਕਾਫੀ ਦੋਸਤ ਹੈਗੇ ਜ਼ਿਆਦਾ ਮੇਰਾ ਵਕਤ ਇਹਨਾਂ ਦੇ ਨਾਲ ਹੀ ਹੈ ਠੀਕ ਹੋ ਗਿਆ ਹੁਣ ਇੱਥੇ ਜਿਹੜੀਆਂ ਨਾਵਰ ਛੱਤਾਂ ਥੋੜੀਆਂ ਜੀਆਂ ਦੱਸੋ ਸਾਨੂੰ ਅਸੀਂ ਤੇ ਆਏ ਆ ਨਾ ਸਾਨੂੰ ਐਡੀ ਮਾਲੂਮਾਤ ਨਹੀਂ ਹੈਗੀ ਕੋਲ ਕੋਲ ਕਿਹੜੀਆਂ ਮਸ਼ਹੂਰ ਛੱਤਾਂ ਨੇ ਇੱਥੇ ਜੀ ਨਾਮੀ ਕਰਾਮੀ ਸਾਰੇ ਉਸਤਾਦ ਇੱਥੇ ਹੀ ਨੇ ਜਿਨ੍ਹਾਂ ਦੇ ਤੁਸੀਂ ਨਾਮ ਉਸਤਾਦ ਜ਼ੁਲਫੀ ਮਤਮਾਰੇ ਮੁੱਲਾ ਸਾਰੇ ਹੀ ਡਾਕਟਰ ਇਸ਼ਤਿਆਕ ਮੋਬੀ ਮੋਬੀ ਗੁਜਰ ਸਾਰੇ ਇੱਧਰ ਨੇ ਨਾਲ ਨਾਲ ਨੇ ਬਿਲਕੁਲ ਨਾਲ ਛੱਤਾਂ ਹੈਗੀ ਸਾਰੇ ਇੱਥੇ ਠੀਕ ਹੋ ਗਿਆ ਯਾਨੀ ਕਿ ਸੀਜ਼ਨ ਦੇ ਵਿੱਚ ਫਿਰ ਇੱਥੇ ਰੌਣਕ ਮੇਲਾ ਵਾਹ ਬਾਈ ਮਾਸ਼ਾਅੱਲਾ ਹੈ ਇੱਥੇ ਕਬੂਤਰਬਾਜ਼ੀ ਕਰਨਾ ਭਾਇਨ ਬੜਾ ਔਖਾ ਕੰਮ ਹੈਗਾ ਮੈਂ ਤੇ ਛੱਤਾਂ ਦੇਖ ਕੇ ਹੈਰਾਨ ਹੋ ਗਿਆ ਮੈਂ ਕਿਹਾ ਸਾਈਡ ਤੇ ਐ ਖੁੱਲੀ ਹੋਣੀਆਂ ਲੇਕਿਨ ਮਾਸ਼ਾਅੱਲਾ ਇੱਥੇ ਮੈਂ ਜਦੋਂ ਉੱਤੇ ਚੜਿਆ ਤੇ ਛੱਤਾਂ ਹੀ ਛੱਤਾਂ ਹੈ ਸਾਜੀਆਂ ਵੇਖੋ ਕੈਂਟਾ ਲਈ ਹਾਲ ਹੈ ਸਦਰ ਵਾਲੇ ਨਾਲ ਨਾਲ ਫੈਕਟਰੀਆਂ ਹੈਗੀਆਂ ਇੱਥੇ ਕਬੂਤਰਬਾਜ਼ੀ ਬਹੁਤ ਮੁਸ਼ਕਲ ਹੈ ਇੱਥੇ ਫਿਰ ਜਿਹੜਾ ਕਬੂਤਰ ਬੰਦਾ ਪਾਏਗਾ ਨਾ ਸ਼ਾਮ ਨੂੰ ਤੇ ਉਹ ਇੱਥੇ ਲੋਕੀ ਕਹਿੰਦੇ ਨੇ ਮੁੱਲਾ ਮਤਮਾਰੇ ਸਾਈਡ ਤੇ ਨੇ ਆ ਉਹ ਭਾਇਨ ਇੱਥੇ ਸ਼ਾਮ ਦੇ ਟਾਈਮ ਪਤਾ ਕੀ ਗੱਲ ਹੈ ਸ਼ਾਂ ਇੱਥੇ ਕਬੂਤਰ ਤੁਹਾਡੇ ਕਬੂਤਰਬਾਜ਼ੀ ਜਿਹੜੀ ਨਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੈ ਕਬੂਤਰਬਾਜ਼ੀ ਮੁਸ਼ਕਲ ਇਸ ਵਾਸਤੇ ਹੀ ਹੈ ਕਿ ਇੱਥੇ ਸਾਰੇ ਨਾਮੀ ਗ੍ਰਾਮੀ ਉਸਤਾਦ ਜਿਹਦਾ ਕਬੂਤਰ ਨਿਕਲਣਾ ਸ਼ਾਮ ਨੂੰ ਨਿਕਲਦਾ ਸ਼ਾਮ ਨੂੰ ਬਿਲਕੁਲ ਜਦੋਂ ਸ਼ਾਮ ਨੂੰ ਕਬੂਤਰ ਇੱਥੇ ਨਿਕਲਦੇ ਨੇ ਨਾ ਤੇ ਇੱਥੇ 40-50 ਕਬੂਤਰ ਨਿਕਲੇ ਹੁੰਦੇ ਨੇ
ਕਟਾਏ ਹੁੰਦੇ ਨੇ ਉਹਨਾਂ ਦਾ ਤੇ ਬਹਿ ਜਾਂਦਾ 12 1 ਵਜੇ ਹਾਂਜੀ ਹਾਂਜੀ ਤੇ ਜਿਹੜਾ ਉਸਤਾਦ ਉਹ ਕਹਿੰਦਾ ਯਾਰ ਮੇਰਾ ਕਬੂਤਰ ਸ਼ਾਮ ਨੂੰ ਬੈਠ ਫਿਰ ਜਦੋਂ ਨਿਕਲਦੇ ਨੇ ਫਿਰ ਉਹ ਕਹਿੰਦੇ ਨੇ ਯਾਰ ਲਾ ਹੁਣ ਸਾਡਾ ਕਬੂਤਰ ਉਸਤਾਦ ਜੀ ਆ ਦੇਖੋ ਲੋਕੀ ਕਹਿੰਦੇ ਨੇ ਉੱਥੇ ਸਾਈਡ ਤੇ ਜਾ ਕੇ ਬੈਠੇ ਵੇਖੋ ਕਿੰਨੀ ਛੱਤਾਂ ਹੀ ਆ ਜਾਣੀ ਕਿ ਜਿਹੜੇ ਉੱਤੇੋਂ ਕਬੂਤਰ ਜੁੜ ਕੇ ਉੱਡਦੇ ਹੁੰਦੇ ਨੇ ਫਿਰ ਆਪਣੇ ਟਾਈਮ ਨੂੰ ਜਦੋਂ ਥੱਲੇ ਆਉਂਦੇ ਨੇ ਫਿਰ ਆਪਸ ਚ ਫਸਦੇ ਨੇ ਖੈਂਦੇ ਨੇ ਇੱਕ ਦੂਸਰੇ ਦੇ ਨਾਲ ਹਾਂ ਜ਼ਾਹਰ ਹੈ ਫਿਰ ਇੱਥੇ ਤੇ ਮੈਂ ਤੁਹਾਨੂੰ ਦੱਸਿਆ ਨਾ ਮੈਂ ਉਡਾਈ ਸੀ ਨਾ ਮਾਦੀ ਤੇ ਇੱਥੇ ਨਾਲ ਮੁੰਡਾ ਹੈਗਾ ਉਹਦੇ ਵੀ ਸ਼ਾਮ ਨੂੰ ਕਬੂਤਰ ਨਿਕਲੇ ਸੀ ਮਾਸ਼ਾਅੱਲਾ ਇੱਕ ਇੱਥੇ ਹੈਗਾ ਉਹਦਾ 5-37 ਤੇ ਬੈਠਾ ਹੈ ਮਾਸ਼ਾਅੱਲਾ ਜ਼ੁਲਫੀ ਸਾਦ ਦਾ ਭਤੀਜਾ ਹੈਗਾ ਉਹਦੇ ਅੱਛੇ ਕਬੂਤਰ ਉੱਡੇ ਨੇ ਮਾਸ਼ਾਅੱਲਾ ਉਹਦਾ 5-37 ਤੇ ਬੈਠਾ ਹੈ ਉਹਦੇ ਭਾਈ 7 ਵਜੇ ਤੱਕ ਬੈਠੇ ਨੇ ਉੱਪਰਾਂ ਛੱਤ ਹੀ ਕਬੂਤਰ ਸਾਰੇ ਦੇ ਇੱਥੇ ਛਿਪੇ ਨੇ ਮਾਸ਼ਾਅੱਲਾ ਸਾਰੇ ਅੱਛੇ ਪਲੇਅਰ ਹੈਗੇ ਨੇ ਮਾਸ਼ਾਅੱਲਾ ਲੋਕ ਕਹਿੰਦੇ ਨੇ ਨਾ ਕਿ ਦਰਿਆ ਵਾਲੇ ਪਾਸੇ ਇੰਜ ਤੇ ਮੈਂ ਕਹਿੰਦਾ ਇੱਥੇ ਆਣ ਤੇ ਇੱਥੇ ਪਤਾ ਲੱਗ ਜੇ ਨਹੀਂ ਮੈਂ ਦੇਖਿਆ ਮਾਸ਼ਾਅੱਲਾ ਬੜੀ ਰੌਣਕ ਹੈਗੀ ਇੱਥੇ ਉਹ ਬਾਤ ਨਹੀਂ ਹੈਗੀ ਕਿ ਜੰਗਲ ਕਹਿੰਦੇ ਮੈਂ ਵੀ ਨਹੀਂ 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 ਜੰਗਲ ਮੈਂ ਇੱਕ ਗੱਲ ਸੁਣਦਾ ਜੰਗਲ ਮੈਂ ਮੋਰ ਨਾਚਿਆ ਕਿਸੇ ਨੇ ਦੇਖਿਆ ਲੇਕਿਨ ਇੱਥੇ ਉਹ ਸਿਸਟਮ ਹੀ ਨਹੀਂ ਹੈਗਾ ਮੈਂ ਤਾਂ ਕਬੂਤਰਵਾਦੀ ਦੇਖ ਕੇ ਹੈਰਾਨ ਹੋ ਗਿਆ ਯਾਰ ਐਡੀ ਜ਼ਿਆਦਾ ਛੱਤਾਂ ਨੇ ਜ਼ਿਆਦਾ ਕੋਈ ਹਿਸਾਬ ਨਹੀਂ ਹੈਗਾ ਸਵਾਦ ਜੀ ਇੱਥੇ ਇਹ ਸਮਝ ਲਓ ਖਾੜਾ ਹੈਗਾ ਬਿਲਕੁਲ ਸਹੀ ਕਿਹਾ ਜਿੰਨੇ ਘੁਲ ਲੈਣਾ ਇੱਥੇ ਆ ਗਏ ਲੱਗ ਪਤਾ ਜਾਣਾ ਮਾਸ਼ਾਅੱਲਾ ਉਹਨੇ ਕਹਿਣਾ ਮੈਂ ਕਿਹੜੇ ਕਿਹੜੇ ਭਲਵਾਨ ਦੇ ਨਾਲ ਪੈ ਗਿਆ ਬਿਲਕੁਲ ਠੀਕ ਠੀਕ ਹੋ ਗਿਆ ਇਹ ਦਰਿਆ ਇੱਥੇ ਨਾਲੇ ਬਾਜ਼ ਬੈਰੀ ਵੀ ਬੜੀ ਹੈ ਮਾਨ ਜੀ ਲੋਕ ਕਹਿੰਦੇ ਨੇ ਦਰਿਆ ਤੇ ਬੜਾ ਸਕੂਨ ਹੈਗਾ ਇੰਜੀ ਆਂਦੀ ਤੇ ਇੰਜੀ ਫੜਦੀ ਤੇ ਹੋ ਗਈ ਮਾਸ਼ਾਅੱਲਾ ਇਹ ਵੀ ਨਾਲ ਦੱਸੋ ਠੀਕ ਉੱਥੇ ਤੇ ਸਕੂਨ ਨਾਲ ਚਲੋ ਖਾਲੀ ਚੀਜ਼ ਨਹੀਂ ਪੈਂਦੀ ਹੈ ਨਾ ਸਭ ਉਹਦੇ ਖਾਲੀ ਚੀਜ਼ ਦੀ ਟੈਨਸ਼ਨ ਹੁੰਦੀ ਤੇ ਭਾਈ ਬਾਜ਼ ਬੈਰੀ ਦੀ ਬੜੀ ਟੈਨਸ਼ਨ ਹੈ ਬਿਲਕੁਲ ਸਹੀ ਠੀਕ ਤੇ ਸਾਡੇ ਉਸਤਾਦ ਸਾਡੇ ਨਾਲ ਮਲਿਕ ਸਾਹਿਬ ਯਕੀਨ ਕਰੋ ਜਦੋਂ ਦੇ ਉਹਨਾਂ ਨਾਲ ਲੱਗੇ ਹਨਾ ਸੀ ਯਕੀਨ ਕਰੋ ਸਾਡੇ ਤੇ ਲਾਲਚ ਹੀ ਦਿਲ ਚ ਮੁੱਕ ਗਏ ਕਬੂਤਰ ਬਾਜੀ ਤੇ ਯਾਰ ਆ ਛੋੜਾ ਉਹ ਫਲਾਣੇ ਕੋ ਬੜਾ ਚੰਗਾ ਸਹੀ ਕਹਿੰਦੇ ਯਾਰ ਉਸਤਾਦ ਚੰਗਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜਿਹਨੂੰ ਉਸਤਾਦ ਚੰਗਾ ਲੱਭ ਗਿਆ ਭਰਾ ਚੰਗਾ ਲੱਭ ਗਿਆ ਦੋਸਤ ਅੱਛੇ ਲੱਭ ਗਏ ਨੇ ਉਹਦੀ ਜ਼ਿੰਦਗੀ ਸਵਰ ਗਈ ਬਿਲਕੁਲ ਬੜੀ ਵੱਡੀ ਗੱਲ ਹੈ ਬਿਲਕੁਲ ਕਬੂਤਰਬਾਜ਼ੀ ਦੇ ਨਾਲ ਨਾਲ ਦੋਸਤੀ ਅੱਛੀ ਰੱਖੋ ਭਰਾ ਬੰਦੀ ਮਾਸ਼ਾਅੱਲਾ ਸਾਜ਼ਿਸ਼ ਕੀਤੀ ਅੱਛੇ ਤਰੀਕੇ ਨਾਲ ਕਰੋ ਹਾਂਜੀ ਸ਼ੌਕ ਹੁੰਦਾ ਰਹੇਗਾ ਇਨਸ਼ਾਅੱਲਾ ਹੁੰਦਾ ਰਹਿੰਦਾ ਮਾਸ਼ਾਅੱਲਾ ਬਿਲਕੁਲ ਠੀਕ ਮੈਂ ਤੁਹਾਨੂੰ ਕਬੂਤਰ ਦਾ ਇੱਕ ਸ਼ੌਕ ਕਰਾਣਾ ਹਾਂਜੀ ਮਾਸ਼ਾਅੱਲਾ ਹੁਣ ਆਪਣੇ ਦੋ ਤਿੰਨ ਜੋੜਿਆਂ ਦਾ ਸਾਨੂੰ ਸ਼ੌਕ ਕਰਾਓ ਇਨਸ਼ਾਅੱਲਾ ਲੋ ਜੀ ਇਹ ਜੇ ਮੇਰਾ ਉਹ ਕਬੂਤਰ ਚਪੜਾ ਮਾਸ਼ਾਅੱਲਾ ਜੀ ਦੱਸੋ ਨਾ ਦਾ ਉਸਤਾਦ ਜੀ ਹੈ ਜੇਡੀ ਚ ਸਵਾਉਡ ਆਇਆ ਤੇ ਅਗਲੇ ਦਿਨ 1:16 ਤੇ ਬੈਠਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਬਾਤ ਇਹ ਅੱਲਾ ਗਵਾਇਆ ਚੀਜ਼ ਦਾ ਇੱਕ ਕਬੂਤਰ ਗਵਾਇਆ ਸਾਨੂੰ ਝੂਠ ਬੋਲ ਕੇ ਕੀ ਕੁਝ ਮਿਲ ਜਾਣਾ ਬਿਲਕੁਲ ਸਹੀ ਗੱਲ ਐ ਅਸੀਂ ਤੇ ਉਹ ਗੱਲ ਕਰਾਂਗੇ ਜਿਹੜੀ ਕੋਈ ਆ ਗਿਆ ਕੀ ਫੈਸਲਾ ਹੀ ਮਾਰ ਗੁੰਦਾ ਹੋ ਭਾਈ ਇਹ ਇਹਦਾ ਗੁੰਦਾ ਜੀ ਅੱਛਾ ਪਰ ਲੋਕੀ ਕਹਿੰਦੇ ਨੇ ਨਾ ਕੀ ਨਾ ਹੈਗਾ ਲੋ ਦੋਸਤੋ ਮਾਸ਼ਾਅੱਲਾ ਪਰ ਕੁੰਦਾ ਵੀ ਚੈੱਕ ਕਰ ਲਿਓ ਬਾਈਜਨ ਜੇਠ ਦਾ ਹਾਂਜੀ ਇਸਕੇ ਪਰ ਪੇ ਖੁਦ ਫੋਕਸ ਕਰ ਦੋਵੇਂ ਹੀ ਇਹ ਦੇਖੇ ਮਾਸ਼ਾਅੱਲਾ ਇਸਕੀ ਟੇਲ ਵੀ ਚੈੱਕ ਠੀਕ ਹੈ ਕਬੂਤਰ ਕੋਲੇ ਬੜੇ ਨੇ ਮੇਰੇ ਮਾਸ਼ਾਅੱਲਾ ਅੱਡੀ ਜੋੜ ਤੁਸੀਂ ਵੇਖ ਹੀ ਲੈਣ ਹੁਣ ਮੈਂ ਇਹਦੇ ਜਿਹਾ ਵਹਾ ਨਹੀਂ ਸਕਦਾ ਬਹੁਤ ਕੋਲੇ ਨੇ ਆਦਾ ਫਿਰ ਇਹ ਸ਼ੋਅ ਕਰੋ ਇਹਦਾ ਇਹ ਭਾਈ ਕੇ ਫੇਮਸ ਕਬੂਤਰ ਹੈ ਜਵੇਦ ਭਾਈ ਕੇ ਮਾਸ਼ਾਅੱਲਾ ਇਹ ਆਪਕੋ ਸ਼ੌਕ ਕਰਾ ਰਹੇ ਹਨ ਕੋਈ ਸਾਨੂੰ ਆ ਕਹਿੰਦਾ ਕਿਤੇ ਚੋਂ ਬਣਾਇਆ ਬਾ ਜਿਹਦੇ ਚੋਂ ਵੀ ਬਣਾਇਆ ਨਾ ਯਾਰ ਆਪਣਾ ਸ਼ੌਕ ਹੈ ਸਾਡਾ ਜੀ ਲਾਲਪਰੀ ਕਬੂਤਰ ਹੈ ਇਹਨੇ ਪਰ ਝਾੜਿਆ ਹੈ 7-8 ਇਹ ਲਾਲਪਰੀ ਮਾਦੀ ਹੈ ਇਹਦੀ ਬਖਲ ਇਹਦੀ ਟੇਲ ਜੀ ਮਾਸ਼ਾਅੱਲਾ ਕੀ ਬਾਤ ਹੈ ਠੀਕ ਹੈ ਹਲੋ ਯਾਦੀ ਬਰੀਡਰ ਆ ਕੇ ਮਾਸ਼ਾਅੱਲਾ ਜਵੇਦ ਭਾਈ ਗਰੰਟਰ ਜੋੜਾ ਉਹ ਸਾਹ ਜੀ ਖੁਦ ਉੱਡੇ ਹੋਏ ਨੇ ਮਾਸ਼ਾਅੱਲਾ ਜੀ ये खुद उड़े हैं आगे इनके बच्चे 3-3 दिन उड़े हैं मेरे पास भी उड़े हैं और इधर भी रुले हैं ठीक हो उस्ताद जी आखदा है ज़ूम कर ये देखें दोस्तों क्या बात है जेड़े आ 3 पार इक्वल होंदे ने जेड़े आ दसो जरा आ 3 पार यार देखो ना आ पूरे है इधर जी जी अब मैं ब्रेक रखे ने ਤੁਹਾਨੂੰ ਮੈਂ ਅੱਗੇ ਕੀ ਦੱਸਿਆ ਅਦਨ ਮੇਰੇ ਨਾਲ ਬਣਾਉਦਾ ਵੀਡੀਓ ਤੁਹਾਨੂੰ ਮੈਂ ਦੱਸਿਆ ਆ ਪਰ ਹੋਣਾ ਚਾਹੀਦਾ ਜੀ ਜੀ ਅੱਜ ਕੱਲ ਲੋਕਾਂ ਨੂੰ ਇਹ ਨਹੀਂ ਪਤਾ ਕੀ ਹੁੰਦਾ बगल वड्डी है पर दे उत्ते पर चढ़िया यार बगल दे नाले आ जेडी बे आंडी है मैनू बड़ी फेमस लगदी काले पर दे च इस तरह करके आ चीज जरूर है जी जी माशाल्लाह ਬ੍ਰੇਕ ਹੈ ਨਾ ਜੀ ਇਹ ਬ੍ਰੇਕ ਹੈ ਤੇ ਕਲਰ ਤੁਸੀਂ ਵੇਖ ਲਿਆ ਉਹ ਲਾਲਪਰੀ ਕਬੂਤਰ ਨੇ ਮਾਸ਼ਾਅੱਲਾ ਨਾ ਜੋ ਖਾ ਲਿਆ ਹੋਰ ਤੁਹਾਨੂੰ ਜੋੜਾ ਦਾ ਹਮਨ ਦਾ 10 ਨੰਬਰ ਕਬੂਤਰ ਹੈਗਾ ਜੀ ਕੀ ਬਾਤ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਉਹ ਕੀ ਦੇ ਕਹਿੰਦੇ ਨੇ ਇੰਜ ਤੇ ਉਂਜ ਦੇਖੋ ਜੀ 10 ਨੰਬਰ ਜ਼ਬਰਦਸਤ ਬਲੱਡ ਲਾਈਨ ਜਿਹੜੀ ਨਾ ਉਹ ਵੇਖ ਲੈਣਗੇ ਹੁਣ ਸਾਰੇ ਦੋਸਤ ਵਿੱਚ ਆਪਾਈ ਪਤਾ ਲੱਗ ਜਾਏਗਾ ਉਹਨਾਂ ਨੂੰ ਅੱਖਾਂ ਵੇਖ ਰਹੇ ਨੇ ਨਾ ਮਾਸ਼ਾਅੱਲਾ ਲੋ ਜੀ ਇਹਦਾ ਪਾਰ ਕੁੰਦਾ ਜੀ ਜੋ ਮੈਂ ਤੁਹਾਨੂੰ ਕਹਿ ਰਿਹਾ ਉਂਝੀ ਹੈ ਨਾ ਬਗਲ ਦੇ ਥੱਲੇ ਹੈਗਾ ਜੇ ਪਰ ਜੀ ਜੀ ਜ਼ਬਰਦਸਤ ਭਈਆ ਲੋਕੀ ਕਹਿੰਦੇ ਨੇ ਕਿ ਬਲੱਡ ਲਾਈਨ ਕਿਸ ਤਰ੍ਹਾਂ ਪਤਾ ਲੱਗਦੀ ਹੈ ਕਬੂਤਰ ਦੀ
लबार्टरी जाकर टेस्ट कराना पैंदा और किस तरह। अच्छा सियालकोटी यार, सियालकोटी ने चूहे चूहे ने ब्लड लाइन सारे नु पता। हां जी हां जी। नहीं नहीं, अच्छे अच्छे ब्लड लाइन दी की पहचान है। अदे हवा पर दा आओ जी जी। ਅ ਦੇਖ ਰਹੇ ਹੋ ਬਗਲ ਜੋ ਮੈਂ ਤੁਹਾਨੂੰ ਕਿਹਾ ਉਹ ਤਾਂ ਠੀਕ ਹੈ ਨਾ, ਠੀਕ ਐਸੀ ਤਰ੍ਹਾਂ ਬਰੀਕ ਹੈ ਪਰ ਅਦੂਮ ਬੰਦੀ ਜੀ ਮਾਸ਼ਾਅੱਲਾ। ਇਹਦਾ ਕਲਰ ਜਿੱਦਾਂ ਦਾ ਜੀ ਨਹੀਂ ਨਹੀਂ, ਜਿਹੜੇ ਲੋਕੀ ਕਹਿੰਦੇ ਨੇ ਬਲੱਡ ਲਾਈਨ ਪਤਾ ਕਿਸ ਤਰ੍ਹਾਂ ਲੱਗਦੀ ਹੈ? ਪਤਾ ਯਾਰ ਇਹ ਟੈਡੀ ਹੈ ਕਬੂਤਰ ਜੀ, ਠੀਕ ਹੈ। ਜਿਹੜਾ ਸਿਆਲਕੋਟੀ ਹੋਏਗਾ ਤਾਂ ਮੈਲੀਆਂ ਅੱਖਾਂ 'ਚ ਹੋਏਗਾ, ਕਸੂਰੀ ਜਿਹੜਾ ਲਾਲ ਅੱਖਾਂ 'ਚ ਹੋਏਗਾ, ਠੀਕ ਹੈ। ਅੱਛਾ ਅੱਛਾ। ਤੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਆਪਣੇ ਘਰ ਨਸਲਾਂ ਰੱਖੀਆਂ, ਉਹ ਜਦੋਂ ਕਬੂਤਰ ਉਹਨਾਂ ਨੇ ਵੇਖੇ ਹੁੰਦੇ ਨੇ, ਜਦੋਂ ਫੜਦੇ ਨੇ ਉਹਨੂੰ ਪਤਾ ਲੱਗ ਜਾਂਦਾ ਬਲੱਡ ਲਾਈਨ ਹੈ ਕਿ ਨਹੀਂ, ਉਹਨਾਂ ਨੂੰ ਉਸ ਟਾਈਮ ਪਤਾ ਲੱਗ ਜਾਂਦਾ ਜੀ ਜੀ, ਠੀਕ ਹੈ। ਕੋਈ ਕਲਾਸ ਤੇ ਨਹੀਂ ਵੱਜਿਆ ਵਿੱਚ, ਪਤਾ ਲੱਗ ਜਾਂਦਾ ਉਹਨਾਂ ਨੂੰ, ਸਾਰਿਆਂ ਨੂੰ ਪਤਾ ਲੱਗਦਾ ਜਿਹੜੇ ਉਸਤਾਦ ਨੇ ਅੱਛੇ ਨਾਮ ਹੋਰ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਜੀ ਜੀ, ਨਹੀਂ ਪਤਾ ਉਹਨਾਂ ਨੂੰ ਸਾਰਾ ਪਤਾ ਹੁੰਦਾ। ਅਸੀਂ ਤਾਂ ਤੁਸੀਂ ਵੀ ਇੱਕ ਘਰ ਬਲੱਡ ਲਾਈਨ ਰੱਖੋਗੇ ਨਾ ਜੀ ਜੀ, ਤੁਸੀਂ ਕਿਤੇ ਸੱਤ ਸਮੁੰਦਰ ਪਾਰ ਵੀ ਚਲੇ ਜਾਓਗੇ ਨਾ, ਤੁਹਾਨੂੰ ਕਬੂਤਰ ਦਾ ਹੈਗਾ ਨਾ, ਤੁਹਾਡੇ ਜੀ ਬਲੱਡ ਲਾਈਨ ਨਾਲ ਸ਼ਾਮਲ ਹੋਏਗਾ ਨਾ, ਤਾਂ ਤੁਸੀਂ ਜਦੋਂ ਫੜੋਗੇ ਤੁਹਾਨੂੰ ਫੜਦਿਆਂ ਪਤਾ ਲੱਗੇਗਾ ਕਿ ਯਾਰ ਇਹ ਤਾਂ ਮੇਰੇ ਲਈ ਬਿਲਕੁਲ ਬਿਲਕੁਲ ਮਾਸ਼ਾਅੱਲਾ ਜੀ। ਅਸੀਂ ਤਾਂ ਤੁਹਾਨੂੰ ਮਾਦੀ ਦਾ ਵੀ ਸ਼ੋਅ ਕਰ ਲਓ ਜੀ। ਇਹ ਮਾਦੀ ਆ, ਲੋ ਜੀ ਇਹ ਮਾਦੀ ਕੋ ਪਾ ਰਹੀ। ਕੀ ਬਾਤ ਹੈ, ਇਹ ਦੇਖੇ ਦੋਸਤੋ ਪਰ ਤੇ ਪਰ ਚੜਿਆ ਹੈ, ਪਰ ਤੇ ਪਰ ਇਹ ਤਿੰਨ ਪਰ ਇਕਵਲ ਔਰ ਵਹੀ ਜੋ ਬਗਲ ਕੇ ਸਾਥ ਉਹਦਾ ਇੰਜ ਕਰ ਚਾ ਰਿਹਾ ਹੈ। ਇਹ ਫਾਈਬਰ ਜਿਹੜਾ ਨਾ ਇਹ ਬਰੀਕ ਹੋਣਾ ਚਾਹੀਦਾ, ਵੇਖੋ ਉਂਗਲ ਨਜ਼ਰ ਆ ਰਹੀ ਵਿੱਚੋਂ ਜੀ, ਟਿਸ਼ੂ ਪੇਪਰ ਵੀ ਲੰਘਾਉਣਾ ਚਾਹੀਦਾ, ਉਂਗਲੀ ਨਜ਼ਰ ਆ ਰਹੀ ਮੇਰੇ ਵਿੱਚ ਜੀ ਜੀ, ਠੀਕ ਹੈ। ਤੇ ਇਹ ਜਿਹੜੀ ਤੀਲੀ ਹੈ ਨਾ ਬਰੀਕ ਲਾਜ਼ਮੀ ਹੈ ਜੀ ਜੀ, ਠੀਕ ਹੋ ਆ ਵੀ ਨਾਲ ਜੀ ਜੀ, ਠਪਾ ਹੁੰਦਾ ਨਹੀਂ ਜੇ ਕਬੂਤਰ ਜਿਹੜਾ ਤੀਲੀ ਬਰੀਕ ਨਾ ਮਾਦੀ ਦੀ ਹੋ ਬਲੱਡ ਲਾਈਨ, ਇਹ ਤੇ ਬਲੱਡ ਲਾਈਨ। ਜੁਵੇਦ ਭਾਈ ਉਹ ਰਿੰਗ ਦੇ ਮੁਤਲਕ ਥੋੜਾ ਜਿਹਾ ਪੁੱਛਾਂਗਾ, ਜਿਹੜਾ ਪੁਤਲੀ ਦੇ ਨਾਲ ਹੈਗਾ, ਕਈ ਦੋਸਤ ਕਹਿੰਦੇ ਨੇ ਹਾਂਜੀ ਛੋਟਾ ਰਿੰਗ ਜਿਹੜਾ ਪੁਤਲੀ ਦੇ ਨਾਲ ਹੈ, ਦੀ ਕਟਿੰਗ ਹੋਈ ਹੋਵੇ ਤੇ ਉਹਦਾ ਬੱਚਾ ਨਹੀਂ ਘੜ ਜਾਂਦਾ, ਗੱਲ ਹੈ ਨਹੀਂ ਕਿ ਦਾਇਰਾ ਪੂਰਾ ਹੋਣਾ ਚਾਹੀਦਾ, ਕਿਸੇ ਦਾ ਕੱਟ ਹੋ ਜਾਂਦਾ ਰਿੰਗ, ਦਾਇਰਾ ਪੂਰਾ ਹੋਣਾ ਚਾਹੀਦਾ ਉਹ ਅੱਛੀ ਕਬੂਤਰ ਦੀ। ਲੇਕਿਨ ਮੈਂ ਅੱਛਾ ਕਬੂਤਰ ਪਤਾ ਕਿਹਨੂੰ ਸਮਝਦਾ ਜੀ, ਜਿਸ ਟਾਈਮ ਬੱਚਾ ਪਲੇ ਜੀ ਜੀ ਤੇ ਅਧਾਤ ਹੀ ਯਾਰ, ਜਿਹੜਾ ਬੱਚਾ ਬਾਅਦ 'ਚ ਜਾ ਕੇ ਰਿੰਗ ਬਣਾਏਗਾ ਨਾ ਉਹ ਸਭ ਤੋਂ ਅੱਛਾ ਹੈ। ਅੱਛਾ, ਜਿਹਦੀ ਅੱਖ ਪਲੇਨ ਹੋਏਗੀ ਜੀ ਜੀ, ਪਹਿਲੇ ਕੋਈ ਰਿੰਗ ਨਹੀਂ ਹੋਏਗਾ, ਠੀਕ ਹੋ ਗਿਆ, ਜਦੋਂ ਆਪਣਾ ਵਕਤ ਕੱਟੇਗਾ ਨਾ ਸਾਲ ਦਾ ਹੋਏਗਾ ਉਹ ਆਪਣੀ ਅੱਖ 'ਚ ਰਿੰਗ ਬਣਾਉਣਾ ਸ਼ੁਰੂ ਕਰੇਗਾ। ਮਾਸ਼ਾ ਅੱਲਾ, ਠੀਕ, ਅੱਛੇ ਕਬੂਤਰ ਦੀ ਇਹੀ ਨਿਸ਼ਾਨੀ ਜੀ, ਇਹੀ ਮੈਂ ਸਮਾਇਆ। ਬਚਪਨ 'ਚ ਜਿਹਦੇ ਰਿੰਗ ਆ ਗਏ ਨਾ ਉਹ ਅੱਛਾ ਹੁੰਦਾ, ਲੇਕਿਨ ਮੈਂ ਹੁਣ ਅੱਛਾ ਨਹੀਂ ਸਮਝਦਾ। ਜਿਹਦੀ ਅੱਖ ਪਲੇਨ ਹੋਏਗੀ, ਤੁਹਾਨੂੰ ਮੈਂ ਤਾਂ ਕਬੂਤਰ ਦਾ ਆਇਆ ਨਾ ਚਪੜਾ, ਹਾਂਜੀ ਅਜੀ ਬਿਲਕੁਲ ਪਲੇਨ ਅੱਖ ਸੀ, ਕੋਈ ਰਿੰਗ ਰੂੰਗ ਨਹੀਂ ਸੀ ਗਾ, ਸਾਦੀ ਅੱਖ ਹਲਕੀ ਜੀ ਲਾਲ ਕੀ ਜੀ ਸੀ, ਕੋਈ ਫੜਦਾ ਤੁਹਾਨੂੰ ਕਹਿੰਦਾ ਯਾਰ ਇਹ ਨਹੀਂ ਅੰਜ ਨਹੀਂ ਗਾ, ਸਾਲ ਦਾ 2 ਸਾਲ ਦਾ ਹੋਇਆ ਮਾਸ਼ਾਅੱਲਾ ਨੇ ਇਹੋ ਜਿਹੇ ਰਿੰਗ ਬਣਾਏ ਨੇ ਕਿ ਹੁਣ ਜਿਹੜਾ ਫੜਦਾ ਇੱਕ ਵਾਰੀ ਦੱਸ ਮਾਸ਼ਾਅੱਲਾ। ਫਿਰ ਟੈਡੀ ਕਬੂਤਰ ਮੇਰੇ ਕੋਲ ਐਸੇ ਨੇ ਜਿਹਨਾਂ ਦੇ ਪਹਿਲੇ ਰਿੰਗ ਨਹੀਂ ਸੀਗੇ ਜੀ ਜੀ, 2 ਸਾਲ ਬਾਅਦ ਜਾ ਉਹਨਾਂ ਨੇ ਆਪਣੇ ਰਿੰਗ ਬਾਜਿਆ ਕਿਤੇ ਹੁਣ ਆਇਆ ਹੋਇਆ ਰਿੰਗ ਬਣ ਗਏ ਨੇ, ਮੈਨੂੰ ਆਪ ਮਜ਼ਾ ਆਉਂਦਾ ਮੈਂ ਵੇਖਣਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਛਾ ਕਬੂਤਰ ਜਿਹੜਾ ਹੈਗਾ ਨਾ ਜਿਹੜਾ ਸਹੀ ਅੱਛਾ ਜ਼ਿਆਦਾ ਅੱਛਾ ਹੈਗਾ, ਜਿਹੜਾ ਜ਼ਿਆਦਾ ਬਲੱਡ ਲਾਈਨ ਜੀ ਦੀ ਬਹੁਤ ਅੱਛਾ, ਜਿਹੜਾ ਅੱਗੇ ਜਾ ਕੇ ਮਜ਼ਾ ਦੇਗਾ ਉਹ ਅੱਖ ਪਲੇਨ ਹੋਏਗੀ। ਠੀਕ ਹੋ ਗਈ, ਠੀਕ ਹੋ। ਮੇਰੇ ਕੋਲ ਕਈ ਕਬੂਤਰ ਇਹੋ ਜਿਹੇ ਨੇ ਜਿਹਨਾਂ ਦੀ ਅੱਖਾਂ 'ਚ ਇਹਨਾਂ ਨੂੰ ਪਤਾ ਕਾਰੀ ਸਾਹਿਬ ਅੱਖਾਂ 'ਚ ਰਿੰਗ ਹੀ ਨਹੀਂ ਸੀ, ਨਹੀਂ ਸੀ ਹੈਗਾ ਬਾਸ਼ੋ ਆਏ ਨੇ, ਜਦੋਂ ਬਾਅਦ 'ਚ ਰਿੰਗ ਆਏ ਨੇ ਮੈਨੂੰ ਉਹੀ ਕਬੂਤਰ ਬਾਅਦ 'ਚ ਦਾ ਆਇਆ ਕਹਿੰਦੇ ਨੇ ਹੋਇਆ ਉਹ ਨਹੀਂ ਹੈਗਾ, ਮੈਨੂੰ ਕਹਿ ਰਹੇ ਨੇ ਮੈਂ ਕਿਹਾ ਉਹੀ ਹੈ। ਕਈ ਇੱਥੇ ਆ ਕੇ ਕਹਿ ਗਏ ਨੇ ਉਹ ਨਹੀਂ ਸਵਾਦ ਹੀ ਆਇਆ ਤੇ ਕਿਸੇ ਕੰਮ ਦਾ ਨਹੀਂ ਹੈਗਾ, ਉਹੀ ਉਸਤਾਦਾਂ ਨੂੰ 2-2 ਸਾਲ ਬਾਅਦ ਉਹੀ ਕਬੂਤਰ ਹੱਥ 'ਚ ਫੜਾਇਆ, ਉਹਨਾਂ ਨੇ ਵੇਖਿਆ ਬਦਲ ਲਏ ਨੇ ਕਬੂਤਰ ਤੂੰ, ਮਾਸ਼ਾਅੱਲਾ। ਮੈਂ ਕਿਹਾ ਯਾਰ ਬਦਲ ਹੀ ਲਿਆ ਉਹੀ ਨੇ, ਉਹੀ ਨਹੀਂ ਸਵਾਦ ਜੀ ਝੂਠ ਬੋਲਦਾ, ਸਾਨੂੰ ਝੂਠ ਬੋਲ ਕੇ ਕੀ ਮਿਲਣਾ ਯਾਰ, ਕੋਈ ਡਾਲਰ ਕਮਾਉਣੇ ਨੇ, ਠੀਕ ਹੋ ਗਿਆ। ਅੱਛਾ, ਲੇਕਿਨ ਮੇਰੇ ਨਜ਼ਦੀਕ ਦੇਖੋ ਹਰ ਇੱਕ ਦੀ ਆਪਣੀ ਰਾਏ ਹੈਗੀ, ਅਸੀਂ ਕਿਸੇ ਦਾ ਉਹ ਨਹੀਂ ਕਰਨਾ ਚਾਹੁੰਦੇ ਹੈ, ਅਸੀਂ ਕੋਈ ਕਿਤਾਬ ਥੋੜ੍ਹੀ ਲੈਣ ਲਈ, ਦੇਖੋ ਹਰ ਉਸਤਾਦ ਦੀ ਆਪਣੀ ਨਾ ਤੁਹਾਡੀ ਆਪਣੀ ਸੋਚ ਹੋਏਗੀ, ਮੇਰੀ ਇੱਕ ਆਪਣੀ ਸੋਚ ਹੋਏਗੀ, ਠੀਕ ਹੈ। ਹਾਂਜੀ, ਅਤੇ ਤੁਸੀਂ ਕਿਸੇ ਹੋਰ ਉਸਤਾਦ ਕੋਲ ਜਾਂਦੇ ਉਹਨਾਂ ਦੀ ਕੋਈ ਆਪਣੀ ਸੋਚ ਹੋਏਗੀ, ਲੇਕਿਨ ਮੇਰੀ ਸੋਚ ਦੇ ਮੁਤਾਬਕ ਜਿਹੜੀ ਮੈਨੂੰ ਅੱਲਾਹ ਤਾਲਾ ਨੇ ਕੋਈ ਜਿਹੜੀ ਥੋੜ੍ਹੀ ਬਹੁਤ ਸਮਝ ਨਹੀਂ ਦਿੱਤੀ, ਉਹਦੇ ਮੁਤਾਬਕ ਮੈਂ ਜ਼ਰਾ ਨਾ ਬਚਪਨ 'ਚੋਂ ਰਿੰਗ ਨਾ ਹੋਣ ਦੇ ਚ, ਠੀਕ ਹੋ, ਬਚਪਨ 'ਚ ਥੋੜ੍ਹਾ ਘੱਟ ਹੋਏ, ਬੇ ਹੋਏ ਕੋਈ ਗੱਲ ਨਹੀਂ, ਜਾ ਕੇ ਅੱਗੇ ਪੂਰੀ ਹੋ ਜਾਏ, ਇੱਕ ਖਾਲੀ ਬੇ ਵੀ ਹੁੰਦੀ ਉਹ ਵੀ ਤੁਹਾਡੀ ਗੱਲ ਠੀਕ ਹੈ, ਵੱਡੇ ਹੋ ਕੇ ਵੀ ਬੇ ਹੀ ਰਹਿੰਦੀ ਹੈ, ਠੀਕ, ਉਹ ਵੀ ਮੈਂ ਦੇਖਿਆ, ਉਹ ਬੇ ਨਹੀਂ ਹੁੰਦੀ ਅਸਲ 'ਚ, ਉਹ ਅੱਧਾ ਰਿੰਗ ਬੇ ਕਾਲਾ ਹੁੰਦਾ, ਅੱਧਾ ਸਿਲਵਰ ਹੁੰਦਾ, ਸਾਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਓਕੇ, ਉਹ ਉਮਰ 'ਚ ਜਦੋਂ ਜਾਏਗਾ ਗੌਰ ਕਰਨਾ ਤੁਸੀਂ, ਉਹ ਅੱਧਾ ਸਿਲਵਰ ਨਜ਼ਰ ਆਏਗਾ, ਉਹ ਅੱਧਾ ਬੇ 'ਚ ਕਾਲਾ ਹੀ ਰਹੇਗਾ, ਤੁਸੀਂ ਐਨਕ ਲਾਓ ਤੁਹਾਨੂੰ ਪਤਾ ਲੱਗੇਗਾ ਉਹ ਸਿਲਵਰ ਵੀ ਹੋਏਗਾ ਨਾਲ, ਠੀਕ ਹੋ, ਉਹ ਉਹਦਾ ਮਤਲਬ, ਉਹਦਾ ਮਤਲਬ ਹੈਗਾ ਉਹ ਨਸਲਾਂ ਨੇ ਪਿੱਛੇ ਫਿਰੋਜ਼ਪੁਰੀ ਪਾਏ ਹੁੰਦੇ ਨੇ ਕਿਸੇ ਨੇ ਵਿੱਚ, ਹੁਣ ਟੈਡੀ ਦਾ ਰਿੰਗ ਜਾਤੀ ਜਿਹੜਾ ਜਨਮ ਹੈਗਾ ਨਾ ਉਹ ਸਿਲਵਰ ਕਲਰ ਦਾ ਹੈਗਾ, ਓਕੇ ਹੋ ਗਿਆ, ਠੀਕ ਹੈ, ਫਿਰੋਜ਼ਪੁਰੀ ਦਾ ਬਲੈਕ ਕਲਰ 'ਚ ਹੈਗਾ, ਉਹਦਾ ਬਲੈਕ ਡਾਲ ਮੈਂ, ਕੋਈ ਕਹਿੰਦਾ ਲਾਲ ਹੁੰਦਾ ਡੋਰਾ, ਡੋਰਾ ਉਹ ਡੋਰਾ ਲੈਦਾ ਚੀਜ਼ ਹੈ, ਉਹਦੇ ਬਾਅਦ ਹੈਗਾ ਰਿੰਗ ਜੀ ਜੀ, ਛੋਟੀ ਪੁਤਲੀ ਦੇ ਨਾਲ, ਉਹ ਜਿਹੜਾ ਕਾਲਾ ਹੈਗਾ ਨਾ ਸਾਜ ਜੀ, ਉਹ ਫਿਰੋਜ਼ਪੁਰੀਆਂ ਦਾ ਹੈਗਾ, ਅੱਛਾ ਅੱਛਾ, ਫਿਰੋਜ਼ਪੁਰੀ ਕਬੂਤਰਾਂ ਦਾ ਕਾਲਾ, ਉਹ ਬੇ ਫਿਰ ਬਣ ਜਾਂਦੀ ਨਾ, ਮਤਲਬ ਉਹ ਕਰਾਚ ਹੀ ਆਇਆ ਉਹ ਕਬੂਤਰ,
ਤੇ ਤਿੰਨ ਦਿਨ ਤੀਸਰੇ ਦਿਨ ਉਸਤਾਦ ਨੇ ਮੈਨੂੰ ਕਿਹਾ ਆਏਗੀ ਖਾਂ ਜੀ ਬਹੁਤ ਜ਼ੀਰੋ 'ਚ ਹੈਗੀ ਉਹ ਤੁਹਾਨੂੰ ਨਜ਼ਰ ਨਹੀਂ ਆ ਰਹੀ ਮੈਂ ਕਿਹਾ ਅੱਛਾ ਅਤੇ ਤੀਸਰੇ ਦਿਨ ਬੈਠੀ ਸੀ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਅੱਗੋਂ ਇਹਦੀ ਪੱਠੀ ਦੇ ਪੱਠ ਬੱਚਾ ਨਿਕਲਿਆ ਅੱਗੋਂ ਪੱਠੀ ਦਾ ਉਹ ਜਿਹੜੀ ਉੱਡੀ ਹੋਈ ਠੀਕ ਉਹ ਮੇਰੇ ਕੋਲ ਅੱਗੋਂ ਤਿੰਨ ਦਿਨ ਹੋ ਗਏ ਨੇ ਤੂੰ ਆਲੇ ਦਿਨ ਰਾਤ ਰਹਿ ਗਿਆ ਅਤੇ ਲੱਭ ਰਿਹਾ ਮੈਂ ਦੋ ਗੋਇਨਾ ਉਡਾਇਆ ਮੈਂ ਕਿਹਾ ਚਲੋ ਯਾਰ ਦੇਖੋ ਜਿੰਨੇ ਵੀ ਉਡਾਇਆ ਉਹ ਦੱਸਣਾ ਚਾਹੀਦਾ ਠੀਕ ਹੋ ਲੱਭ ਰਿਹਾ ਸੀ ਅਤੇ ਉਹ ਰਾਤ ਰਹਿ ਗਿਆ ਖੈਰ ਉਹਦੀ ਉਡਾ ਰਹੀ ਨਹੀਂ ਪੂਰੀ ਹੋਈ ਦੇਖ ਰਹੇ ਹੋ ਤੁਸੀਂ ਕੌੜੀ ਬੜੀ ਬਹੁਤ ਕੌੜੀ ਹੈਗੀ ਬਿਲਕੁਲ ਜੀ ਬਿਲਕੁਲ ਮੈਂ ਫੜਦਾ ਹੀ ਨਹੀਂ ਹੱਥ 'ਚ ਦੇਖ ਰਹੇ ਇਹ ਪਾਰੇਗਾ ਜੀ ਤੇਲ ਦਿਖਾਓ ਤੇ ਵਿਊ ਦਿਖਾਓ ਸਾਨੂੰ ਇਹ ਦੂਮ ਜੀ ਦੀ ਠੀਕ ਸੀ ਇੰਨਾ ਦਿਖਾਓ ਜੀ ਇਹ ਤੁਸੀਂ ਮਾਦੀ ਵੀਡੀਓ 'ਚ ਆਈ ਹੋਏਗੀ ਮੇਰੇ ਹੱਥ ਨਾਲ ਨਹੀਂ ਆਈ ਬਰਾਲ ਉੱਥੇ ਵੀ ਸ਼ੋਅ ਕਰਾ ਲੈਣਾ ਦਾ ਬਹੁਤ ਕੋੜੀ ਹੈ ਮੈਂ ਤੁਹਾਡੇ ਕਹਿਣ ਤੇ ਫੜੀ ਹੈ ਮਿਹਰਬਾਨੀ ਤੁਹਾਡੀ ਮੈਂ ਉਹਦੇ ਹੀ ਵੇਖਿਆ ਨਰਾਜ਼ ਹੋ ਗਿਆ ਕਬੂਤਰ ਵੱਡਾ ਇਹ ਉਸਤਾਦ ਹੋਣਾ ਦੇ ਘਰ ਦੇ 777 ਜੀ ਆ ਪਿਓਰ ਚੈੱਕ ਕਰੋ ਇਹ ਵੀ ਕਬੂਤਰ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਸ ਠੀਕ ਹੈ ਤੇਰਾ ਕੋਲ ਰਿੰਗ ਦੇਖ ਰਹੇ ਹੋ ਬਾਹਰ ਲਾ ਵੀ ਜੀ ਜੀ ਅੰਦਰਲਾ ਵੀ ਉਸਤਾਦ ਹੋਣੇ ਦੇ ਰਿੰਗ ਦੀ ਗੱਲ ਕਰ ਰਹੇ ਸਨ ਉਹ ਹੈ ਪੁੱਤਰੀ ਦੇ ਬਾਹਰ ਹੈ ਕਾਲੀ ਪੁੱਤਰੀ ਦਾ ਇਹਦਾ ਪੂਰਾ ਹੈਗਾ ਹੈ ਮੈਂ ਹੋਰ ਕੀਤਾ ਲੇਕਿਨ ਤੁਹਾਡੇ ਕਬੂਤਰਾਂ ਦੇ ਮਾਸ਼ਾਅੱਲਾ ਮੈਂ ਚੈੱਕ ਕਰ ਰਿਹਾ ਸੀ ਮੈਨੂੰ ਤਕਰੀਬਨ ਪੂਰੇ ਹੀ ਨਜ਼ਰ ਆਏ ਨੇ ਜਦੋਂ ਮੈਂ ਅੰਦਰ ਸ਼ੋਅ ਕਰ ਰਿਹਾ ਸੀ ਬੈਠਾ ਤੁਹਾਨੂੰ ਮੈਂ ਇਹਨਾਂ ਦਾ ਸ਼ਾਰਟ ਵੀਡੀਓ ਬਣਾਉਂਗਾ ਤੁਹਾਨੂੰ ਦੋ ਵੀਡੀਓ ਦਿਖਾਣਾ ਹੋਵੇ ਇਹਦੀ ਦੁੰਮ ਜੀ 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 ਇਹ ਟੇਲ ਹੱਡੀ ਜੋੜ ਦਾ ਪੂਰਾ ਐਕੂਰੇਟ ਹੈਗਾ ਇਹ ਪਰ ਹੋਣਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਹਾਂਜੀ ਉਸਤਾਦ ਜੀ ਇਹ ਜਿਹੜੀ ਚਪਟੀ ਹੈ ਕੀ ਬਾਤ ਹੈ ਤੀਲੀ ਹੈ ਚਪਟੀ ਤੀਲੀ ਹੈ ਤਿੰਨ ਪਰ ਦੇਖ ਰਹੇ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਉਹ ਹੈ ਜੀ ਕੀ ਬਗਲ ਅੱਛੀ ਤਰ੍ਹਾਂ ਹਲੇ ਮਾਸ਼ਾਅੱਲਾ ਕਰੀਜ਼ ਦਾ ਮੌਸਮ ਕਬੂਤਰ ਕਰੀਜ਼ 'ਚ ਪਏ ਹੋਏ ਨੇ ਇਹ ਦੇਖੇ ਦੋਸਤੋ ਵੀਰ ਦੇਖ ਸਕਦੇ ਇਸ ਦਾ ਮਾਸ਼ਾਅੱਲਾ ਚੈੱਕ ਕਰੇ 777 ਕੀ ਹੈ ਜੋ ਕਬੂਤਰ ਇਹ ਜੀ 48 ਨੰਬਰ ਮੇਰੇ ਕਬੂਤਰ ਇਹਨਾਂ ਦੇ ਵੀ ਰਿੰਗ ਦਿਖਾਓ ਜ਼ਰਾ ਉਸਤਾਦ ਹੋਣ ਵਾਲੀ ਗੱਲ ਜਿਹੜੀ ਰਿੰਗ ਜਿਹੜੇ ਮਾਸ਼ਾਅੱਲਾ ਰਾਮ ਰਾਮ ਨਾਲ ਰਿੰਗ ਬਾਦ ਉਸਤਾਦ ਜੀ ਹਰ ਸਾਲ ਬਾਜ਼ੀ 'ਚ ਪੈਂਦੇ ਨੇ ਉੱਥੇ ਸਦਰ 'ਚ ਬਿਲਕੁਲ ਅੱਛੀ ਤਰ੍ਹਾਂ 48 ਨੰਬਰ ਬ੍ਰੀਡ ਜੋ ਹਮਾਰੀ ਹੈ ਦੇਖ ਰਹੇ ਕਾਲੀ ਪੁਤਲੀ ਦੇ ਨਾਲ ਦਾਇਰਾ ਹੈ ਬਿਲਕੁਲ ਗੋਲਾ ਦੀ ਮੈਂ ਕਹਿ ਰਿਹਾ ਜਿਤਨੀ ਬਰੀ ਮੋਬਾਈਲ ਨਾਲ ਲਾ ਬਸ ਤੇਰਾ ਲਾਈਕ ਜੀ ਹੋਏਗੀ ਮਾਸ਼ਾਅੱਲਾ ਉਤਨਾ ਕਬੂਤਰ ਜਿਤਨੀ ਬੁਲੰਦੀ 'ਚ ਹੋਏਗਾ ਨਾ ਥੱਲੇ ਫੋਕਸ ਕਰੇਗਾ 48 ਨੰਬਰ ਜੋ ਕਬੂਤਰ ਬੈਠਾ 3 ਵਜੇ ਔਰ ਪਹਿਲੀ ਬਾਜ਼ੀ ਵੀ 3 ਵਜੇ ਜੋ ਬੈਠਾ ਦਾ ਕਬੂਤਰ ਇਹ ਉਹ ਬ੍ਰੀਡ ਹੈ ਆ ਵੇਖੋ ਇਹ ਬੱਲਾ ਮੱਥਾ ਜੀ ਇਹਨਾਂ ਦਾ ਹਾਂਜੀ ਮਾਸ਼ਾਅੱਲਾ ਬੱਲਾ ਮੱਥਾ ਇਹ ਬੰਦ ਦੂਮ ਜੀ ਠੀਕ ਹੈ ਤੇ ਮਾਸ਼ਾਅੱਲਾ ਸਾਇਦ ਵੀ ਦੇਖੋ ਇਹ ਪਰ ਦੇਖ ਰਿਹਾ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀ ਜੀ 10ਵੀਂ ਵੱਡੀ ਹੈ ਜੀ ਸਾਜ ਜੀ ਬਿਲਕੁਲ ਬਿਲਕੁਲ ਆ ਬਗਲ ਦੇ ਉੱਤੇ ਪਰ ਥੱਲੇ ਆ ਰਿਹਾ ਮੈਂ ਕਿੰਨਾ ਖੋਲਿਆ ਉਹਨੂੰ ਕੋ ਬਾਹਰ ਜਾਵੇ ਨਹੀਂ ਜਾਏਗਾ ਆ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਔਰ ਬੈਲੈਂਸ ਵੀ ਮਾਸ਼ਾਅੱਲਾ ਕੈਂਡੇ 'ਚ ਹੀ ਆ ਗਿਆ ਇਹ ਵੀ ਬੜੀ ਕੋੜੇ ਕਬੂਤਰ ਨੇ ਮੈਂ ਖੈਰ ਉਹ ਦਿਖਾਉਂਦਾ ਨਹੀਂ ਨਾ ਕਬੂਤਰ ਫੜਦਾ ਨਹੀਂ ਤਾਂ ਮਾਸ਼ਾਅੱਲਾ ਓਕੇ ਹੋ ਗਿਆ ਜੀ ਠੀਕ ਹੋ ਗਿਆ ਜਵੇਦ ਭਾਈ ਲਾਲ ਅੱਖੇ ਕਬੂਤਰ ਜਿਹੜੇ ਮਾਸ਼ਾਅੱਲਾ ਲਾਲ ਅੱਖ ਨਹੀਂ ਯਾਰ ਜ਼ਾਇ ਹੋ ਜਾਂਦੀ ਹੈ ਖੂਨੀ ਹੋ ਜਾਂਦੀ ਹੈ ਲੇਕਿਨ ਹੁਣ ਆ ਕੇ ਫਿਰ ਫੇਮਸ ਹੋ ਗਈ ਜਿੰਨੇ ਤੇਜ਼ ਕਰ ਲਈ ਉਹਨੇ ਪਾਰੀ ਨਹੀਂ ਉਹਨੇ ਬਣਾਇਆ ਕੋ ਉਹਨੂੰ ਫੜ ਕੇ ਉਹਨੂੰ ਬੇੜਾ ਕਰ ਕਰਤਾ ਫੜ ਕੇ ਉਹਨਾਂ ਤੇਜ਼ ਕਰਤਾ ਕਬੂਤਰ ਨੂੰ ਫਿਰ ਬ੍ਰੇਕ ਹੀ ਨਹੀਂ ਲੱਗੀ ਠੀਕ ਹੋ ਜਦੋਂ ਉੱਥੇ ਜਾਂਦਾ 2 ਮਿੰਟ ਉਹਦੀ ਖੂਨ ਗਰਮ ਹੋ ਜਾਂਦਾ ਨਾ ਜੋਸ਼ ਮਾਰ ਜਾਂਦਾ ਹਾਂਜੀ ਹਾਂਜੀ ਫਿਰ ਉਹ ਵਿਚਾਰਾ ਥੋੜਾ ਦੂਰ ਦੂਰ ਜਾਂਦਾ ਠੀਕ ਹੋ ਤੁਸੀਂ ਥੋੜਾ ਠੰਡਾ ਕਰ ਲੈਣਾ ਯਾਰ ਤੁਸੀਂ ਇੰਨੀ ਕਾਹਦੀ ਤੁਹਾਡੀ ਫਿਰ ਅਕਲ ਕਿੱਥੇ ਗਈ ਤੁਹਾਡੀ ਉਸਤਾਦੀ ਬਿਲਕੁਲ ਜੀ ਬਿਲਕੁਲ ਮਾਸ਼ਾਅੱਲਾ ਦਿਖਾਓ ਕਬੂਤਰ ਦਿਖਾਓ ਕੋਈ ਇਹ ਲਾਲ ਅੱਖ ਦਾ ਸ਼ੌਕ ਕਰੇ ਮਾਸ਼ਾਅੱਲਾ ਦੋਸਤੋ ਇਹ ਚੈੱਕ ਕਰੇ ਜਵੇਦ ਭਾਈ ਲਾਲ ਅੱਖ ਦਾ ਸ਼ੌਕ ਕਰਾ ਰਹੇ ਰਿੰਗ ਦੇਖ ਰਹੇ ਜੀ ਤੁਸੀਂ ਰਿੰਗ ਦੀ ਗੱਲ ਕਰ ਰਹੇ ਸੀ ਆਹ ਮਾਸ਼ਾਅੱਲਾ ਪੂਰਾ ਕੰਪਲੀਟ ਬਾਹਰ ਵਾਲਾ ਵੀ ਦੇਖ ਲਓ ਤੇ ਅੰਦਰ ਵਾਲੇ ਵੀ ਦੇਖ ਲਓ ਕੀ ਬਾਤ ਐ ਜ ਲਾਲ ਅੱਖ ਫਿਰ ਕੀ ਬਾਤ ਮਾਸ਼ਾਅੱਲਾ ਜੀ ਕੀ ਬਾਤ ਕਰੀਚ ਚ ਹੈਗਾ ਐਡਾ ਘੂਸਣ ਵਾਲਾ ਮਾਸ਼ਾਅੱਲਾ ਕਬੂਤਰ ਹੈਗਾ ਯਕੀਨ ਕਰੋ ਨਖਰਿਆਂ ਵਾਲਾ ਕਬੂਤਰ ਹੈ ਨਖਰਿਆਂ ਦੋਸਤੋ ਭਾਈ ਇਸ ਦਾ ਪਰ ਕੁੰਦਾ ਹੀ ਮਾਸ਼ਾਅੱਲਾ ਚੈੱਕ ਕਰੇ ਇਹ ਦੇਖੋ ਤੁਹਾਡੇ ਸਾਹਮਣੇ ਇਹਨੇ ਪਰ ਕੁੰਦਾ ਕੋ ਫਰਕ ਆਇਆ ਉਹਦਾ ਇਹ 9ਵਾਂ 8ਵਾਂ 10ਵਾਂ ਬਾਹਰਲੇ ਪਰ ਪੇ ਗੌਰ ਕਰੇ ਦੋਸਤੋ ਭਾਈ ਇਹ ਦੇਖੇ ਮਾਸ਼ਾਅੱਲਾ ਕੋਈ ਫਰਕ ਨਹੀਂ ਆਇਆ ਜਿਸ ਤਰ੍ਹਾਂ ਕਬੂਤਰ ਹੈ ਸੀ ਇਸੇ ਤਰ੍ਹਾਂ ਹੈ ਕਰੀਚ ਹੈਗਾ ਵਿਚਾਰਾ ਪਹਿਲਾਂ ਸੀਨਾ ਚੈੱਕ ਕਰਾਓ ਦੋਸਤੋ ਕਰੀਚ ਹੈਗਾ ਕਰੀਚ ਵਿਚਾਰਾ ਮਾਸ਼ਾਅੱਲਾ ਕਰੀਚ ਕੀ ਬਾਤ ਦੋਸਤੋ ਮਾਸ਼ਾਅੱਲਾ ਆਪਣੇ ਵੀਡੀਓ ਪੂਰੀ ਦੇਖਣੀ ਵੀਡੀਓ ਕੋ ਲਾਈਕ ਕਰਨਾ ਦੋਸਤੋ ਕੇ ਸਾਥ ਸ਼ੇਅਰ ਕਰਨਾ ਚੈਨਲ ਕੋ ਸਬਸਕ੍ਰਾਈਬ ਕਰਨਾ ਮਾਸ਼ਾਅੱਲਾ ਬੜੀ ਮਿਹਨਤ ਸੇ ਇਤਨੀ ਦੂਰ ਸੇ ਚਲ ਕੇ ਆਏ ਦੋਸਤੋ ਭਾਈਓ ਕੋ ਸ਼ੌਕ ਕਰਾਏ ਮੇਰੇ ਵੀ ਜੋ ਕੋਈ ਸ਼ੌਕ ਆਪਣਾ ਖਾਣ ਕੇ ਜੋ ਕੋ ਦੋਸਤ ਵਗੈਰਾ ਯਾਰ ਇਨ ਕੋ ਸ਼ੇਅਰ ਕਰੇ ਉਹ ਲਾਈਕ ਵੀ ਕਰੇ ਭਾਈ ਨੇ ਆ ਕੇ ਬੜੀ ਦੂਰ ਸੇ ਮੇਰੀ ਵੀਡੀਓ ਬਣਾਈ ਹੈ ਇਨ ਕੋ ਬਸ ਮੁਹੱਬਤ ਹੀ ਨਾ ਹੋਰ ਕਿਆ ਹੈ ਜੀ ਹਾਂਜੀ ਹੋਰ ਜਵੇਦ ਭਾਈ ਸੇ ਮਾਸ਼ਾਅੱਲਾ ਥੋੜੀ ਬਹੁਤ ਇਲਮ ਮੇ ਵੀ ਇਜ਼ਾਫਾ ਹੋਇਆ ਹੈ ਮਾਲੂਮਾਤ ਹੋਈ ਹੈ ਤੋ ਦੋਸਤੋ ਆਪਣੇ ਵੀਡੀਓ ਪੂਰੀ ਦੇਖਣੀ ਹੈ ਲਾਈਕ ਕਰਨੀ ਹੈ ਔਰ ਇਨਸ਼ਾਅੱਲਾ ਆਪਕੋ ਅਨਕਰੀਬ ਇਨਕੋ ਉਸਤਾਦ ਜੀ ਕੇ ਘਰ ਲੈ ਕੇ ਜਾਏਂਗੇ ਮਲਕ ਸ਼ਹਜ਼ਾਦ ਸਾਹਿਬ ਕੇ ਘਰ ਉਧਰ ਆਪਕੋ ਪੂਰਾ ਸ਼ੌਕ ਕਰਵਾਏਂਗੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਲੋ ਦੋਸਤੋ ਆਪਕੋ ਨਈ ਵੀਡੀਓ ਕੇ ਸਾਥ ਮਿਲेंगे ਖੁਦਾ ਹਾਫਿਜ਼ ਜੀ